ਸਮੇਂ ਨਜ ਸਿਲਸਿਲੇ ਸ਼ਖਸ ਐਕਸ ਮੇ ਅਸੀਂ ਨਾਲੇ ਵਾਰੇ ਸੂਫ਼ੀ ਰਾਗੀ ਸੁਰਾ ਫ਼ਕੀਰ ਜੇ ਹਵਾਲੇ ਸਾਂ ਕੁਝ ਵੀਚਾਰ ਵੰਡੀਂਦਾਸੀਂ। ਸਮੇਂ ਇਨ ਸਿੰਧ ਜੀ ਮਿੱਟੀ ਮੇ ਕਿਹੜੀ ਖੁਸ਼ਬੂ ਰਚਲ ਆਹੇ ਜਿਨਜੋ ਬਜ਼ਾਹਿਰ ਕੋ ਬਿ ਨਾਉ ਨਾ ਆਹੇ, ਪਰ ਜਡੇਂ ਬਿ ਉਹਾ ਮਹਿਕੰਦੀ ਆਹੇ ਤਾਂ ਦੁਨੀਆ ਲਈ ਅਮੁਨ ਐਂ ਮੁਹਬਤ ਜੋ ਪੈਗਾਮ ਹਵਾ ਜੇ ਜ਼ੋਰ ਤੇ ਖਣੀ ਪਰੇ ਪਰੇ ਤਾਈਂ ਫੈਲਜੀ ਵੇਂਦੀ ਆਹੇ। ਹਵਾ ਜਿਨਜੀ ਕਾਬ ਹਦ ਐਂ ਸਰਹੱਦ ਨ ਹੂੰਦੀ ਆਹੇ। ਸਿੰਧ ਜੀ ਇਨ ਅਮੁਨ ਐਂ ਮੁਹਬਤ ਵਾਰੀ ਮਹਿਕੰਦੜ ਮਿੱਟੀ ਮੇ ਹਮੇਸ਼ਾ ਸੂਫ਼ੀ ਸ਼ਾਇਰਨ ਜਾ ਆਵਾਜ਼ ਗੂੰਜਦਾ ਰਹਿਆ ਆਹਿਨਿ, ਜੇ ਕਰੇ ਹਿਨ ਧਰਤੀ ਕੇ ਅਮੁਨ ਮੁਹਬਤਨ ਜੋ ਦਰਸ ਡੀਂਦੜ ਸੂਫ਼ੀ ਕਰਾਮ ਜੀ ਧਰਤੀ ਬਿ ਸਡਿਯੋ ਵੇਂਦੋ ਆਹੇ। ਉਨ੍ਹਨਿ ਸੂਫ਼ੀ ਬੁਜ਼ੁਰਗਨ ਜੀ ਸ਼ਾਇਰੀ ਮੇ ਸਮਾਇਲ ਪੈਗਾਮ ਕੇ ਸੂਫ਼ੀਅਤ ਜੀ ਪ੍ਰਚਾਰ ਕੰਦੜ ਪੰਜ ਸੁਰੀਲੇ ਆਵਾਜ਼ ਜੋ ਸਹਾਰੋ ਡੇਈ ਗਾਇਓ ਆਹੇ, ਤਹਿੜਾ ਗਾਈਂਦੜ ਬਿ ਮਕਬੂਲੀਅਤ ਜੇ ਇੰਤਿਹਾ ਦਰਜਨ ਤਾਈਂ ਰਸਿਆ ਆਹਿਨਿ। ਸਿੰਧ ਮੇ ਸੂਫ਼ੀ ਬੁਜ਼ੁਰਗਨ ਜੋ ਕਲਾਮ ਸਦੀਓ ਕਦੀਮ ਜ਼ਮਾਨੇ ਖਾਂ ਰਵਾਇਤੀ ਸਾਜ਼ਨ ਸਾਂ ਗੱਡ ਗਾਇਣ ਐਂ ਬੁਧਾਇਣ ਜੋ ਅਮਲ ਜਾਰੀ ਆਹੇ। ਇਹਾ ਰਵਾਇਤ ਕਾ ਨਈ ਨਾ ਆਹੇ, ਪਰ ਜਡੇਂ ਲੋਕ ਸੂਫ਼ੀ ਗਾਇਕੀ ਮੇ ਸੋਹਰਾ ਫ਼ਕੀਰ ਜੋ ਆਵਾਜ਼ ਗੂੰਜੋ ਤਾਂ ਤਸੌਫ਼ ਜੇ ਰਮਜ਼ੁਨ ਮੇ ਰੰਗਿਲ ਸੂਫ਼ੀ ਰਾਗ ਕੇ ਨਿਤ ਨਯੂ ਰਾਹੂੰ ਨਵਾਂ ਬੁਧੰਦੜ ਪਸੰਦਗੀ ਜੋ ਅਲੱਗ ਹੀ ਅੰਦਾਜ਼ ਐਂ ਅਵਾਮੀ ਮਕਲੂ ਜੋ ਇੰਤਿਹਾ ਵਾਰੀਆਂ ਬੁਲੰਦੀਆਂ ਪਿਣ ਮਿਲੀਆਂ। ਸੋਹਰਾ ਫ਼ਕੀਰ ਜੀ ਪੈਦਾਇਸ਼ 1937 ਈਸਵੀ ਅਧਾਰਾ ਜ਼ਿਲ੍ਹੇ ਖੈਰਪੁਰ ਜੇ ਗੋਠ ਟਾਲਪੁਰ ਵਡਾ ਜੇਕਾ ਫਨਕਾਰ ਘਰਾਣੇ ਮੇ ਥੀ। ਸੋਹਰਾ ਫ਼ਕੀਰ ਜੋ ਵਾਲਿਦ ਹਮਲ ਫ਼ਕੀਰ ਮੀਰਾਸੀ ਸਾਰੰਗੀ ਐਂ ਤਬਲੇ ਵਜਾਇਣ ਜੋ ਬਿਹਤਰੀਨ ਉਸਤਾਦ ਹੋ। ਹਮਲ ਫ਼ਕੀਰ ਹਿੰਦੂ ਭਗਤਨ ਸਾਂ ਗੱਡ ਸੰਗਤ ਕੰਦੋ ਹੋ। ਉਨ੍ਹਾਂ ਮੇ ਬਰਸਗੀਰ ਜੋ ਮਸ਼ਹੂਰ ਗਵੈਯੋ ਭਗਤ ਕੰਵਰ ਰਾਮ ਸ਼ਾਮਿਲ ਆਹੇ। ਹਮਲ ਫ਼ਕੀਰ ਜੇ ਘਰ ਮੇ ਪੈਦਾ ਥਿਣ ਕਰੇ ਸੋਹਰਾ ਫ਼ਕੀਰ ਜੇ ਸਾਜ਼ਨ ਐਂ ਸੁਰਨ ਸਾਂ ਵਾਕਫੀਅਤ ਨਨਪਣ ਖਾਂ ਹੀ ਥੀ ਹੋਈ। ਸੋਹਰਾ ਫ਼ਕੀਰ ਖੇ ਸੰਦਸ ਵਾਲਿਦ ਤਬਲੋ ਵਜਾਇਣ ਸਿਖਾਰਿਯੋ ਹੋ, ਪਰ ਸੋਹਰਾ ਫ਼ਕੀਰ ਜੇ ਆਵਾਜ਼ ਐਂ ਸੁਰ ਮੇ ਇੱਕ ਅਜੀਬ ਕਸ਼ਿਸ਼ ਕੇ ਮਹਿਸੂਸ ਕੰਦੇ ਐਂ ਕਿਹ ਦੋਸਤ ਜੇ ਮਸ਼ਵਰੇ ਡਿਣ ਬਾਅਦ ਸੰਦਸ ਵਾਲਿਦ ਹਮਲ ਫ਼ਕੀਰ ਸੋਹਰਾਬ ਖੇ ਰੋੜੀਅ ਜੇ ਮਸ਼ਹੂਰ ਉਸਤਾਦ ਖੇਤੂ ਖਾਨ ਜੀ ਸ਼ਾਗਿਰਦੀ ਮੇ ਡੇਈ ਛਡਿਯੋ, ਤ ਜੀਅ ਸੋਹਰਾ ਫ਼ਕੀਰ ਰਾਗਦਾਰੀ ਜੇ ਸੁਰਨ ਐਂ ਰਮਜ਼ੁਨ ਖਾਂ ਚੰਗੀ ਤਰ੍ਹਾਂ ਵਾਕਫ਼ ਥੀ ਸਕੇ। ਸੋਹਰਾ ਫ਼ਕੀਰ ਜੋ ਵਾਲਿਦ ਹਮਲ ਫ਼ਕੀਰ ਸੂਫ਼ੀ ਫ਼ਕੀਰ ਖੁਸ਼ ਖੈਰ ਮੁਹੰਮਦ ਜੋ ਮੁਰੀਦ ਹੋ, ਹੂ ਪੰਹਿੰਜੇ ਪੁੱਟ ਖੇ ਨੰਢੀ ਉਮਰ ਮੇ ਪੰਹਿੰਜੇ ਮੁਰਸ਼ਿਦ ਜੀ ਦਰਗਾਹ ਤੇ ਹਾਜ਼ਰੀ ਡਿਣ ਖਾਤਿਰ ਵਠੀ ਵੇਂਦੋ ਹੋ। ਜਿਤੇ ਗਾਇਣ ਜੀ ਫਰਮਾਇਸ਼ ਕੰਦੜਨ ਨੰਢੀ ਉਮਰ ਵਾਰੇ ਸੋਹਰਾ ਫ਼ਕੀਰ ਜਾ ਸੂਫ਼ੀ ਕਲਾਮ ਬੁਧਾ ਤ ਬੁਧੰਦੜ ਦਾਦ ਜਿਹੜਾ ਖਾਂ ਬਗੇ ਰਹੀ ਕੀ ਨਾ ਸਕਿਆ। ਉਤੇ ਸੋਹਰਾ ਫ਼ਕੀਰ ਖੇ ਏਤਰੀ ਤਾਂ ਮੋਟ ਮਿਲੀ ਜੋ ਸੋਹਰਾ ਫ਼ਕੀਰ ਕਲਾਸੀਕਲ ਰਾਗ ਜੀ ਸਿੱਖਿਆ ਵਠਣ ਖੇ ਛਡੇ ਬਾਕਾਇਦਾ ਸੂਫ਼ੀ ਕਲਾਮ ਗਾਇਣ ਸ਼ੁਰੂ ਕਿਆ। ਸੋਹਰਾ ਫ਼ਕੀਰ ਪੰਹਿੰਜੀ ਪੂਰੀ ਜਵਾਨੀ ਸੂਫ਼ੀ ਬੁਜ਼ੁਰਗਨ ਐਂ ਸ਼ਾਇਰਨ ਜੇ ਦਰਗਾਹੁਨ ਤੇ ਥੀਂਦੜ ਮਹਿਫ਼ਲਨ ਮੇ ਕਲਾਮ ਬੁਧਾਇਣ ਮੇ ਗੁਜ਼ਾਰੇ ਛਡੀ। ਹੂ ਤਬੀਅਤੁਨ ਮੇ ਪੰਹਿੰਜੇ ਇਸ਼ਕ ਮੇ ਗੁੰਮ ਰਹਿਣ ਵਾਰੋ ਮਾਣੂ ਹੋ, ਜਡੇ ਤ ਹੂ ਸ਼ੋਹਰਤ ਜੇ ਪੋਯਾਂ ਡੋੜਣ ਵਾਰਨ ਮਾਂ ਨਾ ਹੋ। ਹੁਣ ਅੱਗੇ ਸੂਫ਼ੀ ਬੁਜ਼ੁਰਗ ਗਮਦਿਲ ਫ਼ਕੀਰ ਜੇ ਗਾਇਲ ਕਲਾਮ ਗਾਈਂਦੜਨ ਜੇ ਪਹਿਰੇ ਸਿਫ਼ ਮੇ ਬਿਹਾਰੇ ਛਡਿਯੋ। ਸੋਹਰਾ ਫ਼ਕੀਰ ਜੇ ਆਵਾਜ਼ ਮੇ ਜਡੇ ਗਲੀਆਂ ਪ੍ਰੇਮ ਨਗਰ ਦਿਆਂ ਕਲਾਮ ਰੇਡੀਓ ਪਾਕਿਸਤਾਨ ਖੈਰਪੁਰ ਜੇ ਸਟੂਡੀਓ ਮਾਂ ਹਵਾ ਜੇ ਲਹਿਰੁਨ ਜ਼ਰੀਏ ਨਸ਼ਰ ਥੀਂਦੋ ਹੋ, ਤ ਬੁਧੰਦੜ ਉਨ ਸਹਰ ਅੰਗੇਜ਼ ਜੇ ਗੁੰਮ ਥੀ ਇਸ਼ਕ ਜੀ ਮਸਤੀ ਮੇ ਅਚੀ ਵੇਂਦਾ ਹੁਆ ਐਂ ਅਨਾ ਤਾਈਂ ਅਚੀ ਵੇਂਦਾ ਆਹਿਨਿ। ਸੋਹਰਾ ਫ਼ਕੀਰ ਜੇ ਆਵਾਜ਼ ਬਾਬਤਿ ਮੌਸੀਕੀ ਜੇ ਜਾਣੂ ਐਂ ਮਾਹਿਰਨ ਜੀ ਇਹਾ ਰਾਏ ਆਹੇ ਤ ਹੂ ਇੱਕ ਅਲੱਗ ਐਂ ਮੁਨਫਰਿਦ ਆਵਾਜ਼ ਜੋ ਮਾਲਿਕ ਹੋ। ਹਿਨ ਜੇ ਆਵਾਜ਼ ਮੇ ਸੁਫ਼ਿਆਣੀ ਰਵਾਨੀ ਐਂ ਸਰਮਸਤੀ ਸ਼ਾਮਿਲ ਆਹੇ, ਜੇਕਾ ਸੂਫ਼ੀ ਬੁਜ਼ੁਰਗ ਹਜ਼ਰਤ ਸੱਚਲ ਸਰਮਸਤ ਜੇ ਕਲਾਮ ਜੀ ਜ਼ਰੂਰਤ ਆਹੇ। ਸੋਹਰਾ ਫ਼ਕੀਰ ਕੇਤਰਨ ਈ ਬੋਲਿਨ ਜੇ ਸ਼ਾਇਰ ਹਜ਼ਰਤ ਸੱਚਲ ਸਰਮਸਤ ਜਾਂ ਸਿੰਧੀ ਖਾਂ ਇਲਾਵਾ ਸਰਾਇਕੀ ਐਂ ਪੰਜਾਬੀ ਮੇ ਛਪਿਲ ਕਲਾਮ ਬਿ ਗਾਇਆ ਆਹਿਨਿ। ਜੇਕਰੇ ਸੋਹਰਾ ਫ਼ਕੀਰ ਸੱਚਲ ਸਰਮਸਤ ਕੀ ਗਾਇਓ ਆਹੇ ਤ ਹੁਣ ਬਾਬਾ ਬੁੱਲੇ ਸ਼ਾਹ ਜਾ ਕਲਾਮ ਬਿ ਪੰਹਿੰਜੇ ਸੁਰੀਲੇ ਆਵਾਜ਼ ਮੇ ਗਾਇਆ ਆਹਿਨਿ। ਸੋਹਰਾ ਫ਼ਕੀਰ ਸ਼ਾਇਰਨ ਜੇ ਸਰਤਾਜ ਹਜ਼ਰਤ ਸ਼ਾਹ ਅਬਦੁਲ ਲਤੀਫ਼ ਭਟਾਈ ਜੀ ਸ਼ਾਇਰੀ ਗਾਈ ਆਹੇ ਤ ਹੁਣ ਵਾਰਿਸ ਸ਼ਾਹ ਖੇ ਬਿ ਨ ਵਿਸਾਰਿਯੋ ਆਹੇ। ਸੋਹਰਾ ਫ਼ਕੀਰ ਪੰਹਿੰਜੇ ਗਾਇਣ ਵਾਰੇ ਮੁਨਫਰਿਦ ਅੰਦਾਜ਼ ਮੇ ਇਸ਼ਕ ਜੂੰ ਵੱਡੀਆਂ ਮੰਜ਼ਿਲੂੰ ਪਾਰ ਕਯੂੰ ਆਹਿਨਿ। ਲੋਕ ਸੂਫ਼ੀ ਮੌਸੀਕੀ ਸਾਂ ਸੰਦ ਇਸ਼ਕ ਕੇਤਰਾ ਈ ਵਰ ਪੁਰਾਣੋ ਹੋ, ਜਿਹੜੇ ਸਹਰ ਮੇ ਸੋਹਰਾ ਫ਼ਕੀਰ ਕਾਬੂ ਹੋ ਐਂ ਪੋਇ ਜਡੇ ਉਨ ਸਹਰ ਅੰਗੇਜ਼ ਇਸ਼ਕ ਜੇ ਬੋਲਨ ਮਾਂ ਕੈਦ ਆਸ਼ਿਕ ਖੇ ਦੁਨੀਆ ਸ਼ੋਹਰਤੁਨ ਜੇ ਬੁਲੰਦੀ ਤਾਈਂ ਪਹੁੰਚਾਇਓ, ਤ ਇਸ਼ਕ ਮਿਨ ਜਾ ਵਾਰ ਮਹਿੰਦੀ ਜੇ ਬਿਨਲ ਖੁਸ਼ਬੂ ਮੇ ਵਿਹੜ ਜੀ ਗਾੜਾ ਥੀ ਵਿਆ ਹੁਆ, ਬਿਲਕੁਲ ਈਏ ਜੀ ਸੰਦਸ ਜਿਸਮ ਤੇ ਗਿੜੂ ਪੋਸ਼ਾਕ। ਸੋਹਰਾ ਫ਼ਕੀਰ ਹਮੇਸ਼ਾ ਅਹਿੜਾ ਤ ਕਲਾਮ ਪੰਜੇ ਚਾਹੀਂਦੜਨ ਬੁਧਣ ਜੇ ਨਜ਼ਰ ਕਯਾ, ਜੇਕੀ ਨਾ ਸਿਰਫ਼ ਉਨ ਵਕਤ ਪਰ ਹਰ ਦੌਰ ਜਾ ਮਸ਼ਹੂਰ ਕਲਾਮ ਬਣਜੀ ਵਿਆ। ਹੁਣ ਸੂਫ਼ੀ ਗਾਇਕੀ ਕੇ ਅਵਾਮੀ ਅੰਦਾਜ਼ ਬਖਸ਼ੋ ਤਬਲੇ ਐਂ ਸਾਰੰਗੀ ਜੀ ਤਰਬੀਅਤ ਹੂ ਅਗੀ ਵਠੀ ਚੁੱਕੋ ਹੋ, ਪਰ ਸੂਫ਼ੀ ਗਾਇਕੀ ਮੇ ਹੁਣ ਇੱਕ ਤਾਰ ਵਾਰੋ ਸੁਫ਼ਿਆਣੋ ਸਾਜ਼ ਯਕਤਾਰੋ ਇਸਤੇਮਾਲ ਕਯੋ। ਸੋਹਰਾ ਫ਼ਕੀਰ ਕੇਤਰਨ ਈ ਮਸ਼ਹੂਰ ਸ਼ਾਇਰਨ ਸਾਂ ਗੱਡ ਸ਼ੋਹਰਤ ਨ ਰਖਦੜ ਅਹਿੜਨ ਸ਼ਾਇਰਨ ਜੇ ਕਲਾਮਨ ਗਾਇਣ ਲਈ ਚੂੰਡਿਯੋ,
जिन जे कलाम में उनके ख्याल जी गहराई नजर इंदी हुई। बेन खूबिन से गड सोरा फकीर की यह भी खूबी है तो उन रवायती तालीम हासिल न करण के बावजूद पांजी जिंदगी में कदें भी गैर मयारी शायरी के पैसन या शोहरत लालच में पांजे आवाज जो सहारो न दिनो। उन सिर्फ उही कलाम गाया जेके संदस दिल के तारों के छिड़ींदा हुआ। सोरा फकीर जा सूफी कलाम जडे मशहूर थन लगा तो हुकूमत की भी उन नजर पई। पोए वक्त ब वक्त बाहरन मुल्कन में पाकिस्तानी सकाफत के हथी वठाने लाए विंदड़ वफदन में खैस शामिल कंदा रहा। सोरा फकीर जर्मनी हॉलैंड बरतानिया अमेरिका ए बिन केतर मुल्कन जा सकाफती दौरा कया उते पंजे फन जो मुजाहिरो कया। उनकी बोली बज़ाहिर तो तांजा मानू न समझंदा हा पर मुहब्बत ए मौसीकी बोलन जी कैदोबंद खां आजाद हुंदी आहे। इहो ही सबब आहे जो पाकिस्तान खां बाहर भी सोरा फकीर जे मदाहन जो तमाम घणो तादाद मौजूद रहियो आहे। सोरा फकीर पंजी जिंदगी में केतरा ही एजाज एवार्ड्स हासिल कया। सोरा फकीर पंजे वालिद के टिन नियाणियुनि सां गॾु अकेलो पुट हो। सोरा फकीर ब शादियूं कयूं जिन मां खेस पंज पुटनि ऐं छह नियाणियुनि जो औलाद थियो। हाणे सोरा फकीर पंजे अबाणे घोट टालपुर वॾा में मदफ़न आहे। सोरा फकीर जो वॾो पुट रजब फकीर चवंदो आहे त बाबा ज़िंदगीअ में सुरनि सां गॾो गॾु दिलि जो बि सखी हो। हू ॾेही तोड़े परॾेही महफ़िलुनि मां जेके बि पैसा आणींदो हो उहे पंहिंजे ज़रूरतमंद माइटनि ऐं साथियुनि खे विरहाए ॾींदो हो। हू सूफ़ी रंग जो सचो पैरोकार हो जेको कुझु मिलंदो हुउसि गॾिजी विरहाए खाईंदो।